ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ 'ਤੇ। ਅੱਜ ਮੈਂ ਕੁਛ ਕਿਚਨ ਟਿਪਸ ਲੈ ਕੇ ਆਈ ਹਾਂ। ਚਲੋ ਜੀ, ਫਿਰ ਕਰਦੇ ਹਾਂ ਵੀਡੀਓ ਸ਼ੁਰੂ। ਟਿਪਸ ਨੰਬਰ 1, ਕਈ ਵਾਰ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਖਾਣਾ ਬਣਾਉਂਦੇ ਹਾਂ ਤਾਂ ਆਪਾਂ ਸੋਚਦੇ ਹਾਂ ਕਿ ਇੱਕਦਮ ਉਹਦਾ ਢੱਕਣ ਖੋਲ੍ਹ ਲਈਏ, ਪਰ ਆਪਾਂ ਨੂੰ 1-1.5 ਮਿੰਟ ਦੀ ਵੇਟ ਕਰਨੀ ਪੈਂਦੀ ਆ। ਆਪਾਂ ਸੀਟੀ ਉੱਪਰ ਨੂੰ ਚੱਕ ਕੇ ਉਹਦਾ ਪ੍ਰੈਸ਼ਰ ਕੱਢਦੇ ਹਾਂ, ਫਿਰ ਆਪਾਂ ਢੱਕਣ ਖੋਲ੍ਹਦੇ ਹਾਂ। ਪਰ ਜੇਕਰ ਤੁਸੀਂ ਇਸ ਤਰੀਕੇ ਨਾਲ ਟੂਟੀ ਦੇ ਥੱਲੇ ਕੁੱਕਰ ਨੂੰ ਕਰ ਦਿੰਦੇ ਹੋ, ਢੱਕਣ ਦੇ ਉੱਤੇ ਇਸ ਤਰੀਕੇ ਨਾਲ ਪਾਣੀ ਪਾਉਂਦੇ ਹੋ, ਤਾਂ ਕੁਛ ਹੀ ਸਕਿੰਟਾਂ ਵਿੱਚ ਤੁਸੀਂ ਢੱਕਣ ਨੂੰ ਖੋਲ੍ਹ ਸਕਦੇ ਹੋ। ਤੁਹਾਨੂੰ ਪ੍ਰੈਸ਼ਰ ਸੀਟੀ ਰਾਹੀਂ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਤੁਸੀਂ ਫਟਾਫਟ ਕੁੱਕਰ ਨੂੰ ਖੋਲ੍ਹ ਸਕਦੇ ਹੋ। ਟਿਪਸ ਨੰਬਰ 2, ਕਈ ਵਾਰ ਆਪਾਂ ਆਲੂਆਂ ਦੇ ਪਰਾਂਠੇ ਜਾਂ ਨਾਸ਼ਤਾ ਬਣਾਉਣਾ ਹੁੰਦਾ ਅਤੇ ਆਪਾਂ ਆਲੂ ਉਬਾਲ ਲੈਂਦੇ ਹਾਂ ਤਾਂ ਫਿਰ ਉਹ ਬਹੁਤ ਗਰਮ ਹੁੰਦੇ ਨੇ ਅਤੇ ਛਿੱਲਣ 'ਚ ਵੀ ਕਾਫੀ ਟਾਈਮ ਲੱਗ ਜਾਂਦਾ ਅਤੇ ਆਪਾਂ ਨੂੰ ਕਈ ਵਾਰ ਬਹੁਤ ਜਲਦੀ ਹੁੰਦੀ ਆ ਫਟਾਫਟ। ਅਤੇ ਫਿਰ ਆਪਾਂ ਇਸ ਤਰੀਕੇ ਨਾਲ ਆਲੂਆਂ ਨੂੰ 2 ਟੁਕੜਿਆਂ 'ਚ ਕਰਕੇ ਅਤੇ 1 ਸਟੀਲ ਦੀ ਜਾਲੀ ਜਿਹਦੇ ਨਾਲ ਆਪਾਂ ਦੁੱਧ ਵਗੈਰਾ ਢੱਕਦੇ ਹਾਂ, ਜਾਂ ਫਿਰ ਸਟੀਲ ਦੀ ਚਾਹ ਪੁਣੀ ਹੋਵੇ ਉਹ ਵੀ ਤੁਸੀਂ ਲੈ ਸਕਦੇ ਹੋ। ਇਸ ਤਰੀਕੇ ਨਾਲ ਆਲੂ ਨੂੰ ਉਹਦੇ ਉੱਤੇ ਰਫ ਕਰੋ ਹਲਕਾ ਜਿਹਾ ਦਬਾਅ ਪਾ ਕੇ, ਅਤੇ ਸਾਰਾ ਆਲੂ ਛਿੱਲ ਕੇ ਮੈਸ਼ ਹੋ ਕੇ ਥੱਲੇ ਨਿਕਲ ਜੂਗਾ ਅਤੇ ਆਪਣੇ ਹੱਥ 'ਚ ਸਿਰਫ ਆਲੂ ਦਾ ਛਿਲਕਾ ਰਹਿ ਜੂਗਾ। ਆਹ ਦੇਖੋ ਜੀ, ਇਸ ਤਰੀਕੇ ਨਾਲ ਆਪਾਂ ਹਲਕੇ ਜਿਹੇ ਦਬਾਅ ਪਾ ਕੇ ਇਹਨੂੰ ਇਹਦੇ ਉੱਤੇ ਰਫ ਕਰਾਂਗੇ ਤਾਂ ਛਿਲਕਾ ਛਿਲਕਾ ਆਪਣੇ ਹੱਥ 'ਚ ਰਹਿ ਜੂਗਾ, ਆਲੂ ਸਾਰਾ ਮੈਸ਼ ਹੋ ਕੇ ਜਾਲੀ ਦੇ ਥੱਲੇ ਨਿਕਲ ਜੂਗਾ। ਅਤੇ ਇਸ ਤਰੀਕੇ ਨਾਲ ਆਪਾਂ ਫਟਾਫਟ ਗਰਮ ਆਲੂ ਵੀ ਛਿੱਲ ਸਕਦੇ ਹਾਂ ਅਤੇ ਆਪਣੇ ਟਾਈਮ ਦੀ ਵੀ ਬੱਚਤ ਹੁੰਦੀ ਆ ਅਤੇ ਆਲੂਆਂ ਨੂੰ ਮੈਸ਼ ਕਰਨ ਦੀ ਵੀ ਜ਼ਰੂਰਤ ਨਹੀਂ। ਦੇਖੋ ਕਿੰਨੇ ਵਧੀਆ ਮਿਕਸ ਹੋ ਗਏ ਨੇ, ਅਤੇ ਇਸ ਤਰੀਕੇ ਨਾਲ ਆਪਣੇ ਟਾਈਮ ਦੀ ਬੱਚਤ ਕਰ ਸਕਦੇ ਹਾਂ। ਟਿਪਸ ਨੰਬਰ 3, ਆਪਾਂ ਜਦੋਂ ਕੱਟ ਕੇ ਕਰੇਲੇ ਬਣਾਉਂਦੇ ਹਾਂ ਤਾਂ ਅਕਸਰ ਥੋੜ੍ਹੇ ਕੜਵੇ ਬਣਦੇ ਆ, ਕਰੇਲੇ ਕੜਵੇ ਨਾ ਬਣ, ਇਸ ਕਰਕੇ ਕਰੇਲਿਆਂ ਨੂੰ ਪਹਿਲਾਂ ਆਪਾਂ ਫਰਾਈ ਕਰ ਲੈਂਦੇ ਹਾਂ ਅਤੇ ਹਾਫ ਫਰਾਈ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਪਿਆਜ਼ ਐਡ ਕਰਦੇ ਹਾਂ ਤਾਂ ਕਰੇਲੇ ਬਿਲਕੁਲ ਵੀ ਕੜਵੇ ਨਹੀਂ ਬਣਦੇ। ਅਤੇ ਇਸ ਤਰੀਕੇ ਨਾਲ ਪਿਆਜ਼ ਫਰਾਈ ਹੋਣ ਤੋਂ ਬਾਅਦ 'ਚ ਫਿਰ ਇਹਦੇ ਵਿੱਚ ਨਮਕ ਮਿਰਚ ਮਸਾਲੇ ਜੋ ਵੀ ਐਡ ਕਰਦੇ ਹਾਂ ਤਾਂ ਬਹੁਤ ਹੀ ਟੇਸਟੀ ਬਣਦੇ ਆ ਅਤੇ ਕਰੇਲੇ ਬਿਲਕੁਲ ਵੀ ਕੜਵੇ ਨਹੀਂ ਬਣਦੇ, ਬਹੁਤ ਜ਼ਿਆਦਾ ਟੇਸਟੀ ਬਣਦੇ ਆ। ਟਿਪਸ ਨੰਬਰ 4, ਇਸ ਤਰ੍ਹਾਂ ਦੀ ਪੈਕਿੰਗ ਅਕਸਰ ਆਪਣੇ ਘਰ ਦੇ ਵਿੱਚ ਆਉਂਦੀ ਆ, ਚਾਹੇ ਟਮੈਟੋ ਸੌਸ ਦੀ ਹੋਵੇ ਜਾਂ ਜੂਸ ਦੀ ਹੋਵੇ, ਤਾਂ ਆਪਾਂ ਕਈ ਵਾਰ ਇਹਨੂੰ ਬੇਕਾਰ ਸਮਝ ਕੇ ਸਿੱਟ ਦਿੰਦੇ ਹਾਂ, ਪਰ ਇਹ ਵੀ ਆਪਣੇ ਕੰਮ ਆ ਸਕਦੀ ਆ। ਇੱਥੇ ਜੀ ਆ ਮੈਂ ਲਈ ਆ ਅਤੇ ਇਹਨੂੰ ਮੈਂ ਅੰਦਰੋਂ ਧੋ ਲਿਆ, ਪਾਣੀ ਦੇ ਨਾਲ ਸਾਫ਼ ਕਰ ਲਿਆ ਅਤੇ ਇਹਦੇ ਵਿੱਚ ਹੁਣ ਪਾਣੀ ਭਰ ਲੈਂਦੇ ਹਾਂ। ਪਲੀਜ਼, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਲਾਈਕ ਵੀ ਕਰਿਓ ਅਤੇ ਸ਼ੇਅਰ ਵੀ ਕਰ ਦਿਓ ਅਤੇ ਪਿਆਰੇ ਪਿਆਰੇ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਇਹ ਟਿਪਸ ਕਿਵੇਂ ਦੇ ਲੱਗੇ ਅਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਜੀ। ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਪਾਣੀ ਭਰ ਲੈਂਦੇ ਹਾਂ, ਪੂਰੀ ਫੁੱਲ ਭਰਨ ਤੋਂ ਬਾਅਦ 'ਚ ਫਿਰ ਇਹਦਾ ਆਪਾਂ ਢੱਕਣ ਬੰਦ ਕਰਦੇ ਹਾਂ। ਇਹ ਵੀ ਆਪਣੇ ਬਹੁਤ ਕੰਮ ਆਉਣ ਵਾਲੀ ਚੀਜ਼ ਆ। ਆਹ ਦੇਖੋ ਜੀ, ਇਹਨੂੰ ਪਾਣੀ ਦੀ ਭਰ ਲਿਆ ਅਤੇ ਹੁਣ ਇਹਦਾ ਢੱਕਣ ਬੰਦ ਕਰਤਾ ਬਿਲਕੁਲ ਟਾਈਟ ਕਰਕੇ। ਇਸ ਤੋਂ ਬਾਅਦ 'ਚ ਇਹਨੂੰ ਆਪਾਂ ਇੱਕ ਕੱਪੜੇ ਨਾਲ ਸਾਫ਼ ਕਰ ਲੈਂਦੇ ਹਾਂ ਇਹਦਾ ਬਾਹਰ ਜੋ ਵੀ ਪਾਣੀ ਵਗੈਰਾ ਲੱਗਿਆ, ਅਤੇ ਫਿਰ ਇਸ ਤੋਂ ਬਾਅਦ 'ਚ ਇਹਨੂੰ ਆਪਾਂ ਫ੍ਰੀਜ਼ਰ ਦੇ ਵਿੱਚ ਰੱਖ ਦਿੰਦੇ ਹਾਂ। ਜਦੋਂ ਇਹਦੀ ਬਿਲਕੁਲ ਬਰਫ਼ ਜੰਮ ਜੂਗੀ ਤਾਂ ਆਪਾਂ ਨੂੰ ਇਹ ਆਈਸ ਪੈਕ ਦਾ ਕੰਮ ਦਊਗੀ, ਜਿਵੇਂ ਕਿ ਕਈ ਵਾਰ ਡਾਕਟਰ ਬਰਫ਼ ਦੀ ਸਕਾਈ ਦੱਸਦੇ ਆ ਨਾ, ਉਹਦੇ ਵੀ ਇਹ ਕੰਮ ਆ ਸਕਦੀ ਆ। ਅਤੇ ਇਸ ਤਰੀਕੇ ਨਾਲ ਆਪਾਂ ਆਪਣੇ ਸਕਿਨ 'ਤੇ ਕਿਤੇ ਵੀ ਸਕਾਈ ਕਰ ਸਕਦੇ ਹਾਂ। ਅਤੇ ਗਰਮੀਆਂ ਦੇ ਵਿੱਚ ਕਈ ਵਾਰ ਹੱਥਾਂ ਪੈਰਾਂ 'ਚ ਜਲਨ ਹੁੰਦੀ ਆ ਤਾਂ ਉਹਦੇ ਲਈ ਵੀ ਆਪਾਂ ਨੂੰ ਠੰਡਕ ਦਿੰਦੀ ਆ ਅਤੇ ਆਪਣੇ ਬਹੁਤ ਹੀ ਕੰਮ ਆਉਣ ਦੀ ਚੀਜ਼ ਆ। ਇਹਨੂੰ ਫਰਿੱਜ ਦੇ ਵਿੱਚ ਜ਼ਰੂਰ ਰੱਖਿਓ। ਅਤੇ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ। ਸਤਿ ਸ਼੍ਰੀ ਅਕਾਲ ਜੀ।